ਮੈਨੂੰ ਅੱਜ ਦੇ ਸਮਾਗਮ ਤੋਂ ਇੱਕ ਗੱਲ ਯਾਦ ਆ ਗਈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੈਂ 1996 ਵਿੱਚ ਭਾਈ ਤਾਰੂ ਸਿੰਘ ਦਿਵਸ ਇੱਥੇ ਮਨਾਇਆ, 25ਵਾਂ ਸਾਲਾਨਾ ਸਮਾਗਮ ਉਦੋਂ ਸਿਖਰਾਂ 'ਤੇ ਸੀ। ਭਾਈ ਤਾਰੂ ਸਿੰਘ ਦਿਵਸ ਜਦੋਂ ਸਮਾਗਮ ਮਨਾਇਆ, ਮੈਂ ਡਾਕਟਰ ਹਰੀ ਸਿੰਘ ਜਾਚਕ ਜੀ ਨੂੰ ਪਹਿਲੀ ਵਾਰ ਸਟੇਜ 'ਤੇ ਸੁਣਿਆ। ਮੈਂ ਉਸ ਟਾਈਮ ਕਵਿਤਾ ਲਿਖਦਾ ਸੀ ਕਿਉਂਕਿ ਕਾਲਜ ਵਿੱਚ ਪੜ੍ਹਦਾ ਸੀ। ਤੁਹਾਨੂੰ ਪਤਾ ਕਾਲਜ ਵਿੱਚ ਜਦੋਂ ਲਿਖਦੇ ਹਾਂ ਆਪਣੀ ਸਾਡੀ ਜਿਹੜੀ ਕਵਿਤਾ ਉਹ ਹਲਕੀ ਫੁਲਕੀ ਜਿਹੀ ਹੁੰਦੀ ਹੈ, ਪਰ ਜਦੋਂ ਮੈਂ ਇਹਨਾਂ ਨੂੰ ਸੁਣਿਆ ਮੈਂ ਮਨ ਹੀ ਮਨ ਉਸਤਾਦ ਇਹਨਾਂ ਨੂੰ ਧਾਰ ਲਿਆ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੁਆਇਨ ਕੀਤਾ, ਇਹਨਾਂ ਨੂੰ ਕਵਿਤਾ ਸੁਣਦਾ ਰਿਹਾ ਇਹਨਾਂ ਦੀ, ਔਰ ਕਵਿਤਾ ਸੁਣਦਾ ਰਿਹਾ ਇਹਨਾਂ ਨੂੰ ਕਵਿਤਾ ਵੇਖ ਕੇ ਲਿਖਦਾ ਵੀ ਰਿਹਾ। ਔਰ ਜਿਵੇਂ ਕਹਿੰਦੇ ਰੱਬ ਸਬੱਬੀ ਹੁੰਦਾ, ਮੇਰੀ ਸ਼ੈਲੀ ਵੀ ਉਸ ਤਰ੍ਹਾਂ ਦੀ ਹੋ ਗਈ ਜਿਸ ਤਰ੍ਹਾਂ ਡਾਕਟਰ ਹਰੀ ਸਿੰਘ ਜਾਚਕ ਜੀ ਕਵਿਤਾ ਬੋਲਦੇ ਨੇ, ਪਰਮਾਤਮਾ ਨੇ ਗਲਾ ਵੀ ਉਸ ਤਰ੍ਹਾਂ ਹੀ ਉੱਚਾ ਦਿੱਤਾ। ਜਦੋਂ ਇਸ ਤਰ੍ਹਾਂ ਸਮਾਗਮ ਸੀ, ਇਹਨਾਂ ਨੇ ਇੱਕ ਕਿਤਾਬ ਦਾ ਰਿਵਿਊ ਕਰ ਰਹੇ ਸੀ ਤੇ ਕਿਤਾਬ ਵਿੱਚ ਇੱਕ ਮੇਰੀ ਉਦੋਂ ਪਹਿਲੀ ਕਿਤਾਬ ਇੱਥੋਂ ਛਪੀ ਸੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ। ਉਹਦੇ ਵਿੱਚ ਜਦੋਂ ਗੁਰਸੰਗਤ ਪਾਲ ਸਿੰਘ ਜੀ ਸਾਡੇ ਉਦੋਂ ਯੁਵਕ ਲਿਖਾਰੀ ਸਿਹਤ ਤੇ ਸਿਖਲਾਈ ਕੇਂਦਰ ਦੇ ਪ੍ਰਧਾਨ ਸੀ, ਉਹਨਾਂ ਨੇ ਕਿਤਾਬ ਦੇ ਵਿੱਚ ਜਦੋਂ ਮੇਰਾ ਜੀਵਨ ਲਿਖਿਆ, ਉਹਦੇ ਵਿੱਚ ਲਿਖਿਆ ਇਹਨਾਂ ਨੇ ਡਾਕਟਰ ਹਰੀ ਸਿੰਘ ਜਾਚਕ ਨੂੰ ਆਪਣਾ ਉਸਤਾਦ ਧਾਰਿਆ। ਮੈਨੂੰ ਫੋਨ ਆਇਆ ਬਟਾਲੇ, ਕਹਿੰਦੇ ਵੀ ਮੈਂ ਤੁਹਾਡੀ ਕਿਤਾਬ ਵਿੱਚ ਲਿਖਿਆ ਵੇਖਿਆ ਕਿ ਡਾਕਟਰ ਹਰੀ ਸਿੰਘ ਜਾਚਕ ਨੂੰ ਉਸਤਾਦ ਧਾਰਿਆ, ਮੇਰੇ ਨਾਲ ਤੁਸੀਂ ਨਿਰੰਤਰ ਕਵੀ ਦਰਬਾਰਾਂ ਵਿੱਚ ਹਾਜ਼ਰੀ ਭਰ ਰਹੇ ਹੋ। ਮੈਂ 1999 ਵਿੱਚ ਡਾਕਟਰ ਹਰੀ ਸਿੰਘ ਜਾਚਕ ਜੀ ਨੇ 34D ਸੈਕਟਰ ਜੋ ਚੰਡੀਗੜ੍ਹ ਹੈ ਉੱਥੇ 52 ਕਵੀਆਂ ਦਾ ਕਵੀ ਦਰਬਾਰ ਕਰਵਾਇਆ, ਉਹਦੇ ਵਿੱਚ ਮੈਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਹਰ ਰੋਜ਼ ਅਸੀਂ ਰਾਤ ਨੂੰ 13 ਕਵੀ ਜੋ ਉਸ ਵਿੱਚ ਹਾਜ਼ਰੀਆਂ ਭਰਦੇ ਸੀ। ਪਰ ਇਹ ਗੱਲ ਹੈ ਅੱਜ ਤੋਂ ਕੋਈ 2014 ਦੀ ਗੱਲ ਮੈਂ ਕਰ ਰਿਹਾ। ਡਾਕਟਰ ਹਰੀ ਸਿੰਘ ਜਾਚਕ ਕਹਿੰਦੇ ਵੀ ਤੂੰ ਮੈਨੂੰ ਕਵੀ ਆਪਣਾ ਉਸਤਾਦ ਤੇ ਧਾਰਿਆ, ਮੈਨੂੰ ਪਤਾ ਹੀ ਨਹੀਂ ਵੀ ਮੇਰਾ ਸ਼ਾਗਿਰਦ ਵੀ ਹੈਗਾ ਬਟਾਲੇ ਡਾਕਟਰ ਰਮਨਦੀਪ ਸਿੰਘ ਦੀਪ। ਮੇਰੇ ਮਨ ਚ ਬੜਾ ਆ ਵੀ ਮੈਂ ਫਿਰ ਪਤਾ ਕੀਤਾ, ਉਹ ਕਹਿੰਦੇ ਵੀ ਦਸਤਾਰ ਦੀ ਰਸਮ ਇੱਕ ਹੁੰਦੀ ਹੈ, ਉਹਦੇ ਵਿੱਚ ਅਸੀਂ ਜਦੋਂ ਆਪਣਾ ਕਿਸੇ ਨੂੰ ਉਸਤਾਦ ਧਾਰਦੇ ਹਾਂ ਤੇ ਦਸਤਾਰ ਦਿੰਦੇ ਹਾਂ। ਉਸ ਤੋਂ ਪਿਛਲੇ ਸਮਾਗਮ ਵਿੱਚ ਵੀਰ ਸੰਜੀਵ ਸਿੰਘ ਨਿਮਾਣਾ, ਇਹ 3B2 ਵਿੱਚ ਕਵੀ ਦਰਬਾਰ ਸੀ, ਇਹਨਾਂ ਨੇ ਉੱਥੇ ਉਸਤਾਦ ਧਾਰਿਆ, ਇਹਨਾਂ ਨੇ ਦਸਤਾਰ ਦਿੱਤੀ। ਫਿਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਇਹ ਸਮਾਗਮ ਹੋਇਆ, ਉਦੋਂ ਮੈਂ ਇੱਕ ਫਿਰ ਇਸੇ ਤਰ੍ਹਾਂ ਹੀ ਮੈਂ ਕਿਹਾ ਵੀ ਉਸਤਾਦ ਜਿਹੜੀ ਅੱਜ ਰਸਮ ਇੱਥੇ ਅਦਾ ਕਰਨੀ ਹੈ, ਇਹ ਰਸਮ ਮੈਂ ਫਿਰ ਉੱਥੇ ਅਦਾ ਕੀਤੀ। ਮੈਂ ਉਦੋਂ ਇੱਕ ਸ਼ੇਰ ਲਿਖਿਆ ਸੀ ਕਿ ਬੜਾ ਮਾਣ ਤੇ ਫਖਰ ਮਹਿਸੂਸ ਹੁੰਦਾ ਕਿ ਜਾਚਕ ਸਾਹਿਬ ਜਾਂ ਜੇਕਰ ਉਸਤਾਦ ਹੋਵੇ, ਬੜਾ ਮਾਣ ਤੇ ਫਖਰ ਮਹਿਸੂਸ ਹੁੰਦਾ ਜਾਚਕ ਸਾਹਿਬ ਜਾਂ ਜੇਕਰ ਉਸਤਾਦ ਹੋਵੇ, ਹਰ ਸ਼ਗਿਰਦ ਦੀ ਕਵਿਤਾ ਨੂੰ ਦਾਤ ਦਿੰਦੇ ਤੇ ਟੋਕ ਦਿੰਦੇ ਜੇ ਬੇਸੁਆਦ ਹੋਵੇ। 18 ਸਾਲ ਤੋਂ ਮੰਗ ਜੋ ਦਰਿਆ ਦਾਤਾ ਪੂਰੀ ਅੱਜ ਮੇਰੀ ਫਰਿਆਦ ਹੋਵੇ, ਮਨ ਦੀ ਮਨ ਵਿੱਚ ਰਹੇ ਨਾ ਵੇਰ ਮੇਰੇ, ਅੱਜ ਤੋਂ ਦੀਪ ਦਾ ਜਾਚਕ ਉਸਤਾਦ ਹੋਵੇ, ਅੱਜ ਤੋਂ ਦੀਪ ਦਾ ਜਾਚਕ ਉਸਤਾਦ ਹੋਵੇ। ਸਤਿ ਸ੍ਰੀ ਅਕਾਲ।
ਜੋ ਪਿਛਲਾ ਸਮਾਗਮ ਕਰਵਾਇਆ ਸੀ ਉਹਦੇ ਵਿੱਚ ਡਾਕਟਰ ਰਵਿੰਦਰ ਸਿੰਘ ਰਬਾਬ ਜਲੰਧਰ ਤੋਂ ਉਹਨਾਂ ਨੇ ਰਸਮ ਅਦਾ ਕੀਤੀ ਸੀ। ਹੁਣ ਕੁਲਦੀਪ ਕੌਰ ਦੀਪ ਲੁਧਿਆਣਵੀ ਉਹ ਅੱਜ ਦਸਤਾਰ ਦੀ ਰਸਮ ਅਦਾ ਕਰਕੇ ਜੋ ਸਮਾਗਮ ਨੂੰ ਇਹ ਇੱਕ ਨਵੇਕਲਾ ਉਪਰਾਲਾ ਹਰ ਵਾਰੀ ਹੋ ਗਿਆ ਕਿ ਕੋਈ ਨਾ ਕੋਈ ਸ਼ਾਗਿਰਦ ਦਸਤਾਰ ਦੀ ਰਸਮ ਅਦਾ ਕਰਕੇ ਉਹ ਆਪਣਾ ਡਾਕਟਰ ਹਰੀ ਸਿੰਘ ਚਾਚਾ ਜੀ ਨੂੰ ਆਪਣਾ ਉਸਤਾਦ ਧਾਰਦਾ ਉਹ ਨਿਰੰਤਰ ਜੋ ਹੈ ਉਹ ਸ਼ਾਗਿਰਦਾਂ ਦੀ ਗਿਣਤੀ ਵਧੀ ਜਾ ਰਹੀ ਹੈ। ਮੈਂ ਬਹੁਤ ਬਹੁਤ ਵਧਾਈ ਦਿੰਦਾ ਕੁਲਦੀਪ ਕੌਰ ਦੀਪ ਲੁਧਿਆਣਵੀ। ਹੁਣ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਸਟੇਜ ਤੇ ਆ ਕਰਕੇ ਇਹ ਦਸਤਾਰ ਦੀ ਰਸਮ ਜੋ ਹੈ ਉਹ ਨਿਭਾਈ ਜਾਵੇ।